ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ, ਉਹਨਾਂ ਨੂੰ ਮੱਥਾ ਟੇਕਣ ਵਾਲੇ, ਬਾਣੀ ਨੂੰ ਪੜ੍ਹਨ ਵਾਲੇ ਬੈਠੇ ਹਾਂ ਅਤੇ ਅੱਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਅਸੀਂ ਇਕੱਠੇ ਹੋ ਕੇ ਇਹ ਵਿਚਾਰ ਕਰਨੀ ਹੈ ਜਿਹੜੀ ਬਾਣੀ ਲਿਖੀ ਹੈ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਪ੍ਰਾਪਤ ਕਰੀਏ ਵੀ ਇਹਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ ਜਾਂ ਜਿਹੜੀਆਂ ਮਾਤਰਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਕੀ ਮਤਲਬ ਹੈ। ਕਿਉਂਕਿ ਬੱਚੇ ਸਵਾਲ ਕਰਦੇ ਨੇ, ਲੋ ਸ਼ੁਰੂਆਤ ਮੈਂ ਸਵਾਲ ਦੇ ਕਰਦਾ। ਬੱਚੇ ਅਕਸਰ ਇਹ ਸਵਾਲ ਕਰ ਦਿੰਦੇ ਨੇ ਜਿਹਦਾ ਜਵਾਬ ਸਾਡੇ ਕੋਲ ਨਹੀਂ ਹੁੰਦਾ। ਜਿਵੇਂ ਜੇ ਮੂਲ ਮੰਤਰ ਦੀ ਗੱਲ ਕਰੀਏ ਤੇ ਸਵਾਲ ਆ ਸਕਦਾ ਹੈ ਕਿ ਮਾਤਾ ਜੀ ਜਾਂ ਪਿਤਾ ਜੀ ਜਾਂ ਭਾਈ ਸਾਹਿਬ ਜੀ, ਸਤਨਾਮ ਸ਼ਬਦ ਲਿਖਿਆ ਹੋਇਆ, ਇਹ ਸਤਨਾਮ ਦੇ ਮਾਂ ਦੇ ਹੇਠਾਂ ਇਹ ਔਂਕੜ ਕਿਉਂ ਪਾਈ ਹੈ? ਜੇ ਔਂਕੜ ਪਾਈ ਹੈ ਤੇ ਇਹ ਉਚਾਰਨ ਕਿਉਂ ਨਹੀਂ ਕੀਤੀ? ਇਹਦਾ ਕੀ ਮਤਲਬ ਹੈ? ਹੁਣ ਇੱਕ ਸਿੱਖ ਹੋਣ ਦੇ ਨਾਤੇ ਇਹ ਸਵਾਲ ਦਾ ਜਵਾਬ ਸਾਡੇ ਕੋਲ ਹੋਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਇਹ ਜਵਾਬ ਦੇਣਾ ਪਏਗਾ ਸਾਨੂੰ। ਜੇ ਆਪ ਜੀ ਧਿਆਨ ਮਾਰੋਗੇ ਮੂਲ ਮੰਤਰ ਸਾਰੇ ਵਿੱਚ ਹੀ, ਤੁਸੀਂ ਵੇਖੋਗੇ ਕਰਤਾ ਪੁਰਖ ਦੇ ਇਕੱਠੇ ਨੂੰ ਵੀ ਔਂਕੜ ਹੈ, ਨਿਰਭਉ ਦੇ ਗੂੜੇ ਨੂੰ ਵੀ ਔਂਕੜ ਹੈ, ਨਿਰਵੈਰ ਦੇ ਰਾਰੇ ਨੂੰ ਵੀ ਔਂਕੜ ਹੈ। ਅਕਾਲ ਮੂਰਤ ਇੱਕ ਐਸਾ ਸ਼ਬਦ ਹੈ ਜਿੱਥੇ ਅਕਾਲ ਦੇ ਲੱਲੇ ਨੂੰ ਔਂਕੜ ਨਹੀਂ। ਫਿਰ ਸਵਾਲ ਖੜਾ ਹੋ ਜਾਂਦਾ ਜੇ ਬਾਕੀ ਥਾਵਾਂ ਤੇ ਔਂਕੜ ਹੈ ਤੇ ਉੱਥੇ ਕਿਉਂ ਨਹੀਂ? ਜਪਜੀ ਸਾਹਿਬ ਦਾ ਪਾਠ ਅਸੀਂ ਸਾਰੇ ਕਰਦੇ ਹਾਂ, ਉਹਦੇ ਚ ਪੰਕਤੀ ਆਉਂਦੀ ਹੈ ਭਰੀਐ ਹੱਥ ਪੈਰ ਤਨ ਦੇ। ਤੇ ਤੁਹਾਡਾ ਬੱਚਾ ਇਹ ਸਵਾਲ ਕਰ ਸਕਦਾ, ਪਿਤਾ ਜੀ ਤੁਸੀਂ ਪਾਠ ਕਰ ਰਹੇ ਹੋ, ਇੱਕ ਦਾਤੇ ਦੱਸੋ ਇਹ ਹੱਥ ਦੇ ਥੱਥੇ ਨੂੰ ਔਂਕੜ ਪਈ ਹੈ, ਪੈਰ ਦੇ ਰਾਰੇ ਨੂੰ ਵੀ ਔਂਕੜ ਹੈ, ਤਨ ਦੇ ਨੰਨੇ ਨੂੰ ਵੀ ਔਂਕੜ ਹੈ, ਦੇਹ ਦੇ ਹਾਰੇ ਨੂੰ ਔਂਕੜ ਕਿਉਂ ਨਹੀਂ ਪਾਈ? ਜੇ ਬੱਚਾ ਬਹੁਤ ਛੋਟਾ ਹੋਵੇ ਤੇ ਭੋਲੇ ਪੰਜ ਕਹਿ ਸਕਦਾ ਕਿ ਬਾਬਾ ਜੀ ਭੁੱਲ ਗਏ ਸਨ। ਤੇ ਜੇ ਸਾਡੇ ਕੋਲ ਕੋਈ ਜਵਾਬ ਨਾ ਹੋਇਆ ਤੇ ਉਹ ਬੱਚਾ ਫਿਰ ਕੀ ਸਮਝੇਗਾ? ਅੱਜ ਅਸੀਂ ਇਹੀ ਸਵਾਲ ਜਿਹੜਾ ਹੈ ਸਮਝਣ ਦਾ ਯਤਨ ਕਰਨਾ ਕਿ ਇਹਦਾ ਜਵਾਬ ਕੀ ਹੋਏਗਾ। ਗੁਰਬਾਣੀ ਦੇ ਵਿੱਚ ਅਖੀਰਲੇ ਅੱਖਰ ਨੂੰ ਔਂਕੜ ਕਿਉਂ ਆ ਰਹੀ ਹੈ, ਇਹਦਾ ਕੀ ਮਤਲਬ ਹੈ? ਕਈ ਥਾਵਾਂ ਤੇ ਇਹ ਸ਼ਬਦ ਇਸ ਤਰ੍ਹਾਂ ਲਿਖਿਆ ਹੁੰਦਾ ਹੈ, ਕਈ ਥਾਵਾਂ ਤੇ ਇਹ ਸ਼ਬਦ ਇਸ ਤਰ੍ਹਾਂ ਲਿਖਿਆ ਹੁੰਦਾ ਹੈ, ਕਿਉਂ ਇਸ ਤਰ੍ਹਾਂ ਹੋ ਰਿਹਾ? ਕਈ ਥਾਵਾਂ ਤੇ ਰਾਹ ਸ਼ਬਦ ਇਸ ਤਰ੍ਹਾਂ ਲਿਖਿਆ ਹੈ, ਕਈ ਥਾਵਾਂ ਤੇ ਰਾਹ ਸ਼ਬਦ ਇਸ ਤਰ੍ਹਾਂ ਲਿਖਿਆ ਹੋਇਆ, ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ? ਕਈ ਥਾਵਾਂ ਤੇ ਪੰਡਿਤ ਸ਼ਬਦ ਇਸ ਤਰ੍ਹਾਂ ਲਿਖਿਆ ਤੱਤੇ ਨੂੰ ਕੋਈ ਮਾਤਰਾ ਨਹੀਂ, ਕਈ ਥਾਵਾਂ ਤੇ ਪੰਡਿਤ ਇਸ ਤਰ੍ਹਾਂ ਲਿਖਿਆ ਤੱਤੇ ਨੂੰ ਔਂਕੜ, ਕਿਉਂ? ਬਹੁਤ ਸੌਖਾ ਇਹਦਾ ਜਵਾਬ ਹੈ। ਜੇ ਆਪ ਜੀ ਧਿਆਨ ਦਿਓਗੇ ਤੇ ਆਪ ਜੀ ਹੁਣੇ ਜਾਣ ਜਾਓਗੇ ਇਹ ਕੀ ਚੱਕਰ ਹੈ। ਥੋੜਾ ਜਿਹਾ ਆਪ ਜੀ ਨੂੰ ਆਪਣੇ ਬਚਪਨ ਵਿੱਚ ਜਾਣਾ ਪਏਗਾ। ਉਦੋਂ ਸਾਡੇ ਟੀਚਰ ਸਾਨੂੰ ਪੜ੍ਹਾਉਂਦੇ ਹੁੰਦੇ ਸਨ, ਜੇ ਅਸੀਂ ਅੰਗਰੇਜ਼ੀ ਪੜ੍ਹਿਆ ਨਾਉਂ, ਜੇ ਹਿੰਦੀ ਪੜ੍ਹਿਆ ਤੇ ਸੰਗਿਆ, ਜੇ ਪੰਜਾਬੀ ਪੜ੍ਹਿਆ ਤੇ ਨਾਉਂ। ਇਹ ਕੀ ਹੁੰਦਾ ਹੈ? ਨਾਉਂ ਕੀ ਹੁੰਦਾ ਹੈ, ਸੰਗਿਆ ਕੀ ਹੁੰਦੀ ਹੈ, ਜਾਂ ਨਾਉਂ ਕੀ ਹੁੰਦਾ ਹੈ? ਥੋੜ੍ਹਾ ਜਿਹਾ ਧਿਆਨ ਦਿਓ, ਬਹੁਤ ਆਪਾਂ ਗੂੜ ਚੱਕਰ 'ਚ ਨਹੀਂ ਪੈਂਦੇ ਕਿਤੇ ਕਹੋ ਇਹ ਕੀ ਬੋਲਣ ਲੱਗ ਪਿਆ, ਜ਼ਿਆਦਾ ਬੁੱਝ ਗਿਆ ਸੀ। ਸਿਰਫ ਇੰਨਾ ਚੇਤੇ ਰੱਖੋ, ਕੋਈ ਵਸਤੂ, ਕੋਈ ਵਿਅਕਤੀ, ਕੋਈ ਸਥਾਨ, ਜਿਹੜਾ ਸ਼ਬਦ ਇਹਨਾਂ ਨੂੰ ਪ੍ਰਗਟ ਕਰਦਾ ਹੈ ਉਸਨੂੰ ਅਸੀਂ ਨਾਉਂ ਕਹਿੰਦੇ ਹਾਂ। ਸੌਖਾ ਹੋਰ ਕਰਨਾ, ਜਿਵੇਂ ਆਹ ਮੇਰੇ ਹੱਥ ਵਿੱਚ ਇੱਕ ਕੀ ਹੈ, ਕੀ ਕਹੋਗੇ? ਮਾਈਕ। ਜੇ ਮੈਂ ਇੱਥੇ ਮਾਈਕ ਲਿਖ ਦਵਾਂ, ਉਹ ਸ਼ਬਦ ਇਹਨੂੰ ਪ੍ਰਗਟ ਕਰ ਦਿੱਤਾ, ਇਹਨੂੰ ਵਸਤੂ ਹੈ, ਉਹ ਨਾਉਂ ਹੋ ਗਿਆ। ਮੇਰਾ ਨਾਮ ਲਿਖ ਦਿਓ, ਉਹ ਵੀ ਨਾਉਂ ਹੋ ਗਿਆ। ਬੋਟਲ ਲਿਖ ਦਿਓ, ਜਿੰਨੇ ਵੀ ਨਾਂ ਹੈਗੇ ਨੇ ਚੀਜ਼ਾਂ ਦੇ ਤੁਸੀਂ ਰੱਖੇ ਹੋਏ, ਜਲੰਧਰ ਨਾਮ ਹੈ, ਇਹ ਜੋ ਵੀ ਲਿਖ ਦਿਓ, ਅੰਮ੍ਰਿਤਸਰ ਨਾਮ ਹੈ, ਤੁਹਾਡਾ ਆਪਣਾ ਸ਼ਹਿਰ ਦਿੱਲੀ, ਇਹ ਵੀ ਨਾਮ ਹੈ, ਇਹ ਲਿਖ ਦਿਓ। ਇਹਨੂੰ ਕੀ ਕਵਾਂਗੇ? ਇਹ ਨਾਮ। ਇਹ ਗੱਲ ਤੇ ਆਪ ਜੀ ਯਾਦ ਰੱਖਣੀ ਕਿ ਅਸੀਂ ਨਿਯਮ ਕਰ ਰਹੇ ਹਾਂ ਨਾਉਂ ਦਾ। ਦੋ ਗੱਲਾਂ ਆਪ ਜੀ ਨੇ ਯਾਦ ਰੱਖਣੀਆਂ ਨੇ। ਨੰਬਰ ਇੱਕ, ਪੁਲਿੰਗ।
ਪੰਜਾਬ ਜੀ ਜਾਣਦੇ ਹੋ ਜਿਹੜਾ ਵੀ ਪੁਰਸ਼ ਜਾਤੀ ਨਾਲ ਸੰਬੰਧਿਤ ਹੈ ਪਰ ਕਈਆਂ ਨੂੰ ਇਹ ਨਹੀਂ ਪਤਾ ਲੱਗ ਸਕਦਾ ਕਈਆਂ ਨੂੰ ਅੱਖ ਨੂੰ ਕੀ ਕਹਾਂਗੇ ਪੁਲਿੰਗ ਕੇ ਇਸਤਰੀ ਨੇ ਕੀ ਕਹਾਂਗੇ ਦੱਸੋ ਤੁਸੀਂ ਨੱਕ ਨੂੰ ਕੀ ਕਹਾਂਗੇ ਦਸਤਾਰ ਨੂੰ ਕੀ ਕਹਾਂਗੇ ਥੋੜੀ ਜਿਹੀ ਜਵਾਬ ਆ ਰਹੀ ਬਾਕੀ ਸਾਰਿਆਂ ਦਾ ਨਹੀਂ ਆ ਰਿਹਾ ਲੋ ਹੁਣ ਸੌਖਾ ਤਰੀਕਾ ਤੁਹਾਨੂੰ ਮੈਂ ਦੱਸ ਦੇਣਾ ਤੁਸੀਂ ਸਾਰੇ ਜਾਣ ਜਾਓਗੇ ਦੋ ਸ਼ਬਦ ਚੇਤੇ ਰੱਖੋ ਇੱਕ ਮੇਰਾ ਇੱਕ ਮੇਰੀ ਕਿਹੜੇ ਕਿਹੜੇ ਸ਼ਬਦ ਜੀ ਜਿਹਦੇ ਨਾਲ ਮੇਰਾ ਲੱਗ ਜਾਏ ਉਹ ਪੁਲਿੰਗ ਹੈ ਜਿਹਦੇ ਨਾਲ ਮੇਰੀ ਲੱਗ ਜਾਏ ਉਹ ਕੀ ਹੈ ਇਸਤਰੀ ਜਿਵੇਂ ਅੱਖ ਨੂੰ ਕੀ ਕਹਾਂਗੇ ਮੇਰਾ ਅੱਖ ਕੀ ਮੇਰੀ ਆ ਗਈ ਮੇਰੀ ਅੱਖ ਇਸਤਰੀ ਲਿੰਗ ਹੈ ਐਨਕ ਨੂੰ ਕੀ ਕਹਾਂਗੇ ਮੇਰੀ ਐਨਕ ਐਨਕ ਕੀ ਹੋ ਗਈ ਇਸਤਰੀ ਨੂੰ ਮੁੱਛ ਨੂੰ ਕੀ ਕਹਾਂਗੇ ਮੇਰੀ ਮੁੱਛ ਇਸਤਰੀ ਲਿੰਗ ਹੋ ਗਈ ਹੱਥ ਨੂੰ ਕੀ ਕਹਾਂਗੇ ਹੱਥ ਕੀ ਹੋ ਗਿਆ ਪੁਲਿੰਗ ਹੋ ਗਿਆ ਸੋ ਜਿੰਨਾ ਵੀ ਚੀਜ਼ ਹੈ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਵੀ ਇਹ ਪੁਲਿੰਗ ਹੈ ਕਿ ਇਹ ਇਸਤਰੀ ਲਿੰਗ ਹੈ ਇੱਕ ਚੀਜ਼ ਤੇ ਇਹ ਵੇਖਣੀ ਹੈ ਦੂਜੀ ਚੀਜ਼ ਵੇਖਣੀ ਹੈ ਆਪ ਜਿਹਨੇ ਇਸਤਰੀ ਲਿੰਗ ਸੋਰੀ ਗਲਤ ਹੋ ਗਿਆ ਦੂਜੀ ਚੀਜ਼ ਆਪ ਜਿਹਨੇ ਵੇਖਣੀ ਹੈ ਇੱਕ ਵਚਨ ਇੱਕ ਵਚਨ ਵੀ ਮੇਰੇ ਖਿਆਲ ਆਪ ਜੀ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਕੋਈ ਵੀ ਇੱਕ ਚੀਜ਼ ਜੇ ਮੈਂ ਮਾਈਕ ਦੀ ਗੱਲ ਕਰ ਰਿਹਾ ਤਾਂ ਇੱਕ ਮਾਈਕ ਦੋਵਾਂ ਦੀ ਨਹੀਂ ਤਿੰਨਾਂ ਦੀ ਨਹੀਂ ਦਸਾਂ ਦੀ ਨਹੀਂ ਜੇ ਹੱਥ ਦੀ ਗੱਲ ਕਰ ਰਿਹਾ ਤਾਂ ਇੱਕ ਹੱਥ ਐਨਕ ਦੀ ਗੱਲ ਕਰ ਰਿਹਾ ਤਾਂ ਇੱਕ ਐਨਕ ਕਿਸੇ ਇੱਕ ਦੀ ਗੱਲ ਕੀਤੀ ਜਾਵੇ ਉਹਨੂੰ ਕੀ ਕਹਾਂਗੇ ਕੀ ਹੈ ਇੱਕ ਵਚਨ ਆਹ ਦੋ ਚੀਜ਼ਾਂ ਤੁਸੀਂ ਚੇਤੇ ਰੱਖੋ ਜਦੋਂ ਵੀ ਨਾਉਣ ਇੱਕ ਵਚਨ ਤੇ ਪੁਲਿੰਗ ਹੋਵੇ ਫਿਰ ਮੈਂ ਦੁਹਰਾ ਰਿਹਾ ਕਿਉਂਕਿ ਇਹ ਨਿਯਮ ਆਪ ਦੇ ਸਾਹਮਣੇ ਆਇਆ ਜਦੋਂ ਵੀ ਕੋਈ ਨਾਉਣ ਕਿਉਂਕਿ ਇਹ ਅਸੀਂ ਨਿਯਮ ਕਰ ਰਹੇ ਹਾਂ ਨਾਉਣ ਦੇ ਜਦੋਂ ਵੀ ਕੋਈ ਨਾਉਣ ਇੱਕ ਵਚਨ ਪੁਲਿੰਗ ਹੋਵੇ ਉਦੋਂ ਗੁਰਬਾਣੀ ਵਿੱਚ ਲਿਖਣ ਲੱਗਿਆਂ ਉਹਦੇ ਅਖੀਰ ਵਿੱਚ ਔਂਕਰ ਪਾਇਆ ਜਾਂਦਾ ਇਹ ਆਪ ਦੇ ਪਾਸ ਨਿਯਮ ਹੈ ਹੁਣ ਤੁਸੀਂ ਜਵਾਬ ਦੇ ਸਕਦੇ ਹੋ ਆਪਣੇ ਬੱਚੇ ਨੂੰ ਕਿ ਸਤਨਾਮ ਦੇ ਮਾਂ ਨੂੰ ਔਂਕਰ ਕਿਉਂ ਹੈ ਸਤਨਾਮ ਕਿਹਦੇ ਵਾਸਤੇ ਵਰਤਿਆ ਗਿਆ ਮੇਰੇ ਵਾਸਤੇ ਕਿ ਤੁਹਾਡੇ ਵਾਸਤੇ ਰੱਬ ਵਾਸਤੇ ਤੇ ਰੱਬ ਨੂੰ ਕੀ ਕਹੋਗੇ ਰੱਬ ਇਸਤਰੀ ਲਿੰਗ ਹੈ ਮੇਰੀ ਰੱਬ ਕੀ ਮੇਰਾ ਰੱਬ ਮੇਰਾ ਰੱਬ ਹੀ ਕਹਾਂਗੇ ਨਾ ਰੱਬ ਨੂੰ ਅਸੀਂ ਪੁਲਿੰਗ ਵਿੱਚ ਚੇਤੇ ਕਰਦੇ ਹਾਂ ਯਾਨੀ ਕਿ ਇੱਕ ਕੰਡੀਸ਼ਨ ਕਲੀਅਰ ਹੋ ਗਈ ਰੱਬ ਕਿੰਨੇ ਹੈ ਵੀਹ ਪੱਚੀ ਸੌ ਸੱਤਰ ਨੱਬੇ ਹਜ਼ਾਰ ਇੱਕੋ ਹੀ ਹੈ ਨਾ ਇਹ ਕੰਡੀਸ਼ਨ ਵੀ ਕਲੀਅਰ ਹੋ ਗਈ ਜਦੋਂ ਕਿਸੇ ਨਾਮ ਨੂੰ ਆ ਦੋ ਕੰਡੀਸ਼ਨਸ ਕਲੀਅਰ ਹੋ ਜਾਣ ਜਦੋਂ ਨਾਮ ਇੱਕ ਵਚਨ ਹੋਵੇ ਪੁਲਿੰਗ ਹੋਵੇ ਉਦੋਂ ਉਹਦੇ ਅਖੀਰ ਵਿੱਚ ਕੀ ਲੱਗਦਾ ਹੈ ਔਕੜ ਲੱਗਦਾ ਜੇ ਕਿਸੇ ਨੂੰ ਕੋਈ ਗੱਲ ਨਾ ਸਮਝ ਆਵੇ ਕਿਰਪਾ ਕਰਕੇ ਨਾਲ ਦੇ ਨਾਲ ਹੀ ਪੁੱਛੀ ਜਾ ਕਰਤਾ ਪੁਰਖ ਦੇ ਵਾਸਤੇ ਵਰਤਿਆ ਗਿਆ ਪੁਰਖ ਦੇ ਕਰਤੇ ਨੂੰ ਔਕੜ ਨਿਰਭਉ ਕਿਹਦੇ ਵਾਸਤੇ ਵਰਤਿਆ ਗਿਆ ਗੁੜੇ ਨੂੰ ਔਕੜ ਨਿਰਵੈਰ ਕਿਹਦੇ ਵਾਸਤੇ ਵਰਤਿਆ ਗਿਆ ਰੱਬ ਵਾਸਤੇ ਉਹਦੇ ਅਖੀਰ ਵਿੱਚ ਅਕਾਲ ਪੁਰਖ ਨੂੰ ਔਕੜ ਲਈ ਉਹ ਹਜੇ ਥੋੜੀ ਦੇਰ ਬਾਅਦ ਅਸੀਂ ਡਿਸਕਸ ਕਰਦੇ ਹਾਂ ਜਿਹੜੀ ਪੰਕਤੀ ਅਸੀਂ ਬੋਲੀ ਸੀ ਭਰੀ ਹੈ ਹੱਥ ਪੈਰ ਤਨ ਦੇ ਹੱਥ ਨੂੰ ਕੀ ਕਹੋਗੇ ਮੇਰਾ ਹੱਥ ਕਿ ਮੇਰੀ ਹੱਥ ਇੱਕ ਵਚਨ ਪੁਲਿੰਗ ਇੱਕ ਦੀ ਗੱਲ ਚੱਲ ਰਹੀ ਹੈ ਮੇਰਾ ਪੈਰ ਕਿ ਮੇਰੀ ਪੈਰ ਇਹ ਵੀ ਪੁਲਿੰਗ ਮੇਰਾ ਤਨ ਕਿ ਮੇਰੀ ਤਨ ਇਹ ਵੀ ਪੁਲਿੰਗ ਮੇਰੀ ਦੇਹ ਕਿ ਮੇਰਾ ਦੇਹ ਮੇਰੀ ਦੇਹ ਦੇਹੀ ਜਿਹਨੂੰ ਕਹਿੰਦੇ ਆ ਹਾਲਾਂਕਿ ਤਨ ਤੇ ਦੇਹ ਨੂੰ ਤੁਸੀਂ ਜ਼ਿਆਦਾਤਰ ਅਲੱਗ ਅਲੱਗ ਨਹੀਂ ਕਰ ਸਕਦੇ ਤਨ ਵੀ ਸਰੀਰ ਨੂੰ ਕਹਿੰਦੇ ਆ ਦੇਹ ਵੀ ਸਰੀਰ ਨੂੰ ਕਹਿੰਦੇ ਆ ਪਰ ਦੇਹ ਜਿਹੜੀ ਹੈ ਉਹਨੂੰ ਯਾਦ ਕਿਹਦਾ ਕਹਿੰਦੇ ਇਸਤਰੀ ਲਿੰਗ ਦੇ ਵਿੱਚ ਤੇਰੀ ਦੇਹ ਚੰਗੀ ਹੈ ਤੇਰੀ ਕਿੰਨੀ ਦੇਹ ਹੈ ਸੋ ਦੇਹ ਇਸਤਰੀ ਲਿੰਗ ਹੋਣ ਕਰਕੇ ਇੱਥੇ ਔਂਕੜ ਨਹੀਂ ਬਾਕੀ ਜਿੱਥੇ ਪੁਲਿੰਗ ਇੱਕ ਵਚਨ ਸੀ ਤੁਹਾਡੇ ਸਾਹਮਣੇ ਆ ਉੱਥੇ ਔਂਕੜ ਜਿਹੜੀ ਹੈ ਆਈ ਸੋ ਔਂਕੜ ਆਉਣ ਦਾ ਇੱਕੋ ਨਿਯਮ ਹੈ ਕਿ ਜਦੋਂ ਨਾਉਣ ਇੱਕ ਵਚਨ ਪੁਲਿੰਗ ਹੋਵੇ ਪੜ੍ਹਦੇ ਹੋ ਸੁਣੇ ਅੰਧੇ ਪਾਵੇ ਰਾਹ ਰਸਤਾ ਇੱਕ ਰਸਤੇ ਦੀ ਗੱਲ ਹੈ ਜੇ ਤੁਹਾਨੂੰ ਇਹ ਨਿਯਮ ਚੇਤੇ ਹੋ ਗਿਆ ਨਾ ਤੇ ਦੋ ਨਿਯਮ ਤੁਹਾਨੂੰ ਆਪਣੇ ਆਪ ਚੇਤੇ ਹੋ ਗਏ
ਕੋਈ ਦੱਸ ਸਕਦਾ ਕਿਹੜੀ ਕੀ ਹੈ? ਥੋੜਾ ਜਿਹਾ ਦਿਮਾਗ ਲਗਾਓ। ਹਾਂਜੀ ਹਾਂਜੀ, ਬਹੁਤ ਵਧੀਆ ਗੱਲ ਹੈ। ਪੁਲਿੰਗ ਦਾ ਉਲਟ ਕੀ ਹੈ? ਜੇ ਪੁਲਿੰਗ ਨੂੰ ਔਖੜ ਹੈ ਤੇ ਇਸਤਰੀਲਿੰਗ ਨੂੰ? ਨਕਲ ਬੜੀ ਛੇਤੀ ਮਾਰ ਦਿੰਦੇ, ਇਸ ਤਰ੍ਹਾਂ ਕੀਤਾ ਫਟਾਫਟ ਨਹੀਂ ਕਹਿਣਾ। ਪੁਲਿੰਗ ਦਾ ਉਲਟ ਇਸਤਰੀਲਿੰਗ, ਇਸਤਰੀਲਿੰਗ ਨੂੰ ਔਂਕੜ ਨਹੀਂ। ਇੱਕ ਵਚਨ ਦਾ ਉਲਟ, ਜੇ ਇੱਕ ਵਚਨ ਨੂੰ ਔਂਕੜ ਹੈ ਤੇ ਬਹੁ ਵਚਨ ਨੂੰ ਔਂਕੜ। ਦੋ ਨਿਯਮ ਤੁਹਾਨੂੰ ਇੱਥੇ ਹੀ ਆ ਜਾਣਗੇ। ਔਂਕੜ ਆਉਣ ਦਾ ਇੱਕੋ ਕਾਰਨ ਹੈ ਜੋ ਤੁਹਾਡੇ ਸਾਹਮਣੇ, ਔਂਕੜ ਨਾ ਆਉਣ ਦੇ ਚਾਰ ਕਾਰਨ ਨੇ, ਜਿਹਦੇ ਚ ਦੋ ਕਾਰਨ ਤੁਹਾਨੂੰ ਆਪੇ ਆ ਗਏ। ਆਓ ਅਸੀਂ ਹੁਣ ਦੇਖ ਲਈਏ ਵੀ ਕਿਸ ਤਰੀਕੇ ਦੇ ਨਾਲ ਇਹ ਗੁਰਬਾਣੀ ਦੇ ਵਿੱਚ ਐਪਲੀਕੇਬਲ ਹੋ ਜਾਏਗਾ। ਇਹ ਗੱਲ ਕਲੀਅਰ ਹੋ ਗਈ ਸਾਰਿਆਂ? ਕੱਲ ਨੂੰ ਆਪ ਜੀ ਨੂੰ ਪੁੱਛਿਆ ਜਾ ਕੇ ਇੱਥੇ ਔਂਕੜ ਕਿਉਂ ਆਈ ਹੈ, ਤੁਸੀਂ ਦੱਸ ਦੋਗੇ? ਕਿਉਂਕਿ ਨਾਉਂ ਇੱਕ ਵਚਨ ਪੁਲਿੰਗ ਹੈ। ਸਾਰੇ ਬੋਲੋ, ਕਿਉਂਕਿ ਨਾਉਂ ਇਹ ਇੱਕ ਵਚਨ ਪੁਲਿੰਗ ਹੈ। ਟੀਚਰ ਦੀ ਕਦੇ ਤਸੱਲੀ ਨਹੀਂ ਹੁੰਦੀ ਵੀ ਸਟੂਡੈਂਟਸ ਨੂੰ ਆਇਆ ਕਿ ਨਹੀਂ ਆਇਆ, ਇਸ ਕਰਕੇ ਉਹ ਬਾਰ ਬਾਰ ਚੈੱਕ ਕਰਨਾ ਚਾਹੁੰਦਾ ਵੀ ਆਇਆ ਕਿ ਨਹੀਂ ਆਇਆ। ਤੇ ਮੇਰਾ ਵੀ ਜੀ ਕਰਦਾ ਮੈਂ ਚੈੱਕ ਕਰ ਲਵਾਂ ਥੋੜ੍ਹਾ ਜਿਹਾ। ਮੈਂ ਕੁਝ ਅੱਖਰ ਬੋਲਾਂਗਾ, ਤੁਸੀਂ ਦੱਸਣਾ ਹੈ ਕਿ ਔਂਕੜ ਆਈ ਕਿ ਨਹੀਂ ਆਈ। ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਵੀਰ ਜੀ। ਮੈਂ ਆਮ ਆਪਣੇ ਸ਼ਬਦ ਬੋਲਾਂਗਾ, ਆਲੇ ਦੁਆਲੇ ਵਾਲੇ ਤੁਸੀਂ ਦੱਸਣਾ ਹੈ। ਬਟਨ, ਬਟਨ ਨੂੰ ਔਂਕੜ ਆਏਗੀ ਕਿ ਨਹੀਂ ਆਏਗੀ? ਕਿਉਂ ਆਏਗੀ? ਇੱਕ ਵਚਨ ਹੈ ਤੇ ਪੁਲਿੰਗ ਹੈ। ਤੁਸੀਂ ਵੀਰ ਜੀ ਕਮੀਜ਼ ਕਿਉਂ? ਤੁਹਾਡੀ ਅੰਗਰੇਜ਼ ਹੈ, ਕੁੜਤਾ ਪਾਇਆ। ਰੁਮਾਲ ਪੁਲਿੰਗ, ਔਂਕੜ ਆਏਗੀ ਕਿ ਨਹੀਂ ਆਏਗੀ? ਵੀਰ ਜੀ ਦੰਦ ਔਂਕੜ ਆਏਗੀ ਕਿ ਨਹੀਂ ਆਏਗੀ? ਨਹੀਂ ਜੀ, ਤੁਹਾਡੇ ਜ਼ਿਆਦਾ ਦੰਦ ਹੋਣ ਫਿਰ ਦੋ ਬਣਾਗਾ ਜੇ ਤੂੰ ਬਿਨਾਂ ਔਂਕੜ ਵਾਲਾ ਬੰਦੇ ਲੜਦੇ ਹੈ ਨਾ ਤੇ ਇਹਨਾਂ ਲੜਾਈ ਵੀ ਵੇਖਣ ਵਾਲੀ ਹੁੰਦੀ ਹੈ ਕਹਿੰਦਾ ਮੈਂ ਤੇਰੇ ਦੰਦ ਭੰਨਦਾ ਗਾ ਕਹਿੰਦਾ ਔਂਕੜ ਵਾਲਾ ਕਿ ਬਿਨਾਂ ਔਂਕੜ ਵਾਲਾ ਮੈਂ ਦੱਸ ਜੇ ਤੇ ਔਂਕੜ ਵਾਲਾ ਭੰਨੇਗਾ ਫਿਰ ਮੈਂ ਸਮਝ
मेरी कृपान की मेरा कृपान सॉरी हेल्प ना करो ना जी दस चलो मेरी तसली हो गई आप जी आ रहे हैं हूँ असं इस औंकड़ आने का केवल एक रीजन है हूँ थोड़ा जहा दिमागी कसर ज्यादा होगी औंकड़ ना आने के चार रीजन है जिन्होंने दो तो आप ही दस दिते औंकड़ नहीं आएगी नंबर एक जे नाउन की होवे बहुवचन होवे हुण मैं कुछ पंक्तियां बोलदा तुसीं दस्सिओ कि इत्थे इत्थे औंकड़ आएगी कि नहीं क्लीयर ही गल एक तो ज्यादा होगी तुसीं कहोगे नहीं राह दोवें खसम एको जान खसम वेरी गुड